ਇੱਕ ਜਗ੍ਹਾ ਹੈ ਪਰਛ ਡੈਮ ਔਰ ਤੁਸੀਂ ਤਸਵੀਰਾਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਕਿ ਐਂ ਲੱਗਦਾ ਹੈ ਕਿ ਅਸੀਂ ਕਿਸੇ ਮਰੂਥਲ ਖੜੇ ਹੋਏ ਕੋਈ ਰਗੀਸਤਾਨ ਹੋਏ ਕਿਉਂਕਿ ਤਪਤ ਇੰਨੀ ਹੈ ਗਰਮੀ ਇੰਨੀ ਹੈ ਕਿ ਇੱਥੇ ਜਿਹੜਾ ਪਾਣੀ ਉਹ ਸੁੱਕ ਚੁੱਕਿਆ ਹੈ ਦਰੜਾਂ ਪੈ ਚੁੱਕੀਆਂ ਨੇ ਕਿਥੇ ਦੂਰ ਦੂਰ ਤੱਕ ਤੁਹਾਨੂੰ ਨਜ਼ਰ ਜਿਹੜਾ ਆਏਗਾ ਉਹ ਸਿਰਫ ਇਹ ਦਰਾਰ ਪਈ ਹੋਈ ਮਿੱਟੀ ਹੈ ਤੁਸੀਂ ਦੇਖੋ ਤਸਵੀਰਾਂ ਚ ਕਿਵੇਂ ਮਿੱਟੀ ਟੁੱਟ ਚੁੱਕੀ ਹੈ ਕਿਵੇਂ ਪੱਥਰ ਵਾਂਗੂ ਇਹ ਮਿੱਟੀ ਹੋ ਗਈ ਹੈ ਇਹ ਜਿਹੜਾ ਪੜਛ ਡੈਮ ਹੈ ਇੱਥੋਂ ਪਹਾੜਾਂ ਚੋਂ ਪਾਣੀ ਆਂਦਾ ਹੈ ਤਸਵੀਰਾਂ ਮੈਂ ਪਹਿਲਾਂ ਇੱਕ ਵਾਰ ਦਿਖਾ ਦਾਂ ਸਾਹਮਣੇ ਤੁਹਾਨੂੰ ਪਹਾੜ ਨਜ਼ਰ ਆ ਰਹੇ ਹੋਣੇ ਇਹ ਚੰਡੀਗੜ੍ਹ ਤੋਂ ਤਕਰੀਬਨ 15 ਕਿਲੋਮੀਟਰ ਹੈ ਜੇ ਆਪਾਂ ਕਰੀਏ ਔਰ ਬਿਲਕੁਲ ਨਾਲ ਲੱਗਦਾ ਪਿੰਡ ਹੈ ਮੁੱਲਾਪੁਰ ਦਾ ਪੜਛ ਔਰ ਤਸਵੀਰਾਂ ਸਾਹਮਣੇ ਦੇਖੋ ਕਿ ਪਹਾੜ ਤੋਂ ਪਾਣੀ ਆ ਕੇ ਇਹ ਜਿਹੜਾ ਡੈਮ ਹੈ ਇੱਥੋਂ ਰੁਕਦਾ ਹੈ ਲੇਕਿਨ ਗਰਮੀ ਇੰਨੀ ਹੈ ਕਿ ਇੱਥੇ ਹੁਣ ਦੂਰ ਦੂਰ ਤੱਕ ਨਾਮੋ ਨਿਸ਼ਾਨੀ ਇਹ ਡੈਮ ਦਾ ਵੀ ਜ਼ਿਕਰ ਕੀਤਾ ਕਿ ਜਦੋਂ ਪਾਣੀ ਆਂਦਾ ਤਾਂ ਰੋਕਣ ਵਾਸਤੇ ਵੀ ਇੱਥੇ ਇੱਕ ਪ੍ਰੋਪਰ ਜਿਹਾ ਡੈਮ ਛੋਟਾ ਉਹ ਬਣਾਇਆ ਗਿਆ ਲੇਕਿਨ ਜ਼ਮੀਨ ਦੀ ਹਾਲਤ ਦੇਖੋ ਸੁੱਖਾ ਇੱਕ ਹਾਲਾਤ ਦੇਖੋ ਉਹ ਜਿਹੇ ਹਾਲਾਤ ਬਣ ਗਏ ਨੇ ਗਰਮੀ ਨੇ ਕਿਵੇਂ ਕਹਿਰ ਪਾਇਆ ਦਰੜਾ ਮੈਂ ਤੁਹਾਨੂੰ ਦਿਖਾ ਰਿਹਾ ਬਾਰ ਬਾਰ ਦੂਰ ਦੂਰ ਤੱਕ ਇੱਥੇ ਤੁਹਾਨੂੰ ਨਜ਼ਰ ਇਹੀ ਦਰੜਾ ਆਣੀ ਏ ਇਹੀ ਮਿੱਟੀ ਆਣੀਗੀ ਐਨਚ ਤੇ ਗੱਲ ਕਰੀਏ ਘੱਟ ਤੋਂ ਘੱਟ 2-2 3-3 ਜਿਹੜਾ ਫੁੱਟ ਹੈ ਉਹਦੀ ਦਰੜਾਂ ਜੇ ਤੁਹਾਨੂੰ ਲੱਗੇ 2 2 3 3 ਫਿੱਟ ਇੰਨੀ ਮੋਟੀ ਮੋਟੀ ਚੌੜੀ ਦਰੜਾਂ ਤੁਸੀਂ ਦੇਖ ਰਹੇ ਹੋਣੇ ਇਹ ਹੈ ਗਰਮੀ ਦਾ ਕਹਿਰ ਇਹ ਹੈ ਸੂਰਜ ਦੀ ਤਪਤ ਦਾ ਨਿਸ਼ਾਨ ਔਰ ਪਸੂ ਪੰਛੀ ਹੋਣ ਜਾਨਵਰ ਹੋਣ ਇੱਥੇ ਪਾਣੀ ਜਿਹੜਾ ਹੈ ਉਹਨਾਂ ਨੂੰ ਇੱਕੋ ਹੀ ਸਿਰਫ ਉਹਨਾਂ ਦੀ ਆਸ ਜਿਹੜੀ ਮੈਂ ਤੁਹਾਨੂੰ ਦੱਸਾਂ ਉਹ ਵੀ ਦੱਸਾਂਗੇ ਔਰ ਇੱਕ ਹੋਰ ਵੀ ਤੁਹਾਨੂੰ ਤਸਵੀਰਾਂ ਸੇ ਦਿਖਾਵਾਂਗੇ ਤੇ ਇੱਕ ਐਡੇ ਵੱਡੇ ਡੈਮ ਚ ਪੜਛ ਡੈਮ ਇੱਕ ਕਪੜੇ ਆ ਵਿੱਚ ਇਸ ਏਰੀਏ ਵਿੱਚ ਇੱਕ ਵੱਡਾ ਜਲਾਸ਼ਯ ਮੰਨਿਆ ਜਾਂਦਾ ਹੈ ਡੈਮ ਜਦੋਂ ਹੁੰਦਾ ਹੈ ਕਿ ਤਾਂ ਕਿ ਪਾਣੀ ਰੁਕੇ ਇੱਕੋ ਆਸ ਜਿਹੜੀ ਹੈਗੀ ਹੈ ਉਹ ਹੈ ਇਹ ਛੋਟਾ ਜਾਂ ਇੱਕ ਕਹਿ ਲੋ ਪਾਣੀ ਦਾ ਆਸਰਾ ਕਹਿ ਲੋ ਔਰ ਇੱਧਰ ਪ੍ਰੋਪਰ ਇੱਕ ਡੰਡਾ ਲਾ ਕੇ ਇਹਦਾ ਨਿਸ਼ਾਨ ਵੀ ਮਾਪਦੇ ਆ ਇੱਥੇ ਪਸ਼ੂ ਪੰਛੀ ਜਿਹੜੇ ਹੈਗੇ ਉਹਨਾਂ ਨੂੰ ਥੋੜਾ ਬਹੁਤ ਪਾਣੀ ਮਿਲਦਾ ਤੁਸੀਂ ਵੀ ਦੇਖੋ ਕਿ ਕਿਵੇਂ ਸੁੱਕਦਾ ਜਾ ਰਿਹਾ ਹੈ ਵੀ ਕਿੰਨਾ ਕਦਾ ਦਾਇਰਾ ਹੋ ਗਿਆ ਤੇ ਪੂਰਾ ਏਰੀਆ ਬਿਲਕੁਲ ਮਿੱਟੀ ਬਣ ਚੁੱਕਿਆ ਹੈ ਦਰੜਾਂ ਪੈ ਚੁੱਕੀਆਂ ਨੇ ਇਸ ਏਰੀਆ ਵਿੱਚ ਔਰ ਗਰਮੀ ਦਾ ਜਿਹੜਾ ਕਹਿਰ ਹੈ 45 46 ਇਹ ਜਿਹੜਾ ਟੈਂਪਰੇਚਰ ਚੱਲਦਾ ਪਿਆ ਹੈ ਜਿਹੜੇ ਪਸ਼ੂ ਪੰਛੀ ਨੇ ਜਾਨਵਰ ਨੇ ਉਹ ਪਾਣੀ ਪੀਣ ਇਸੇ ਡੈਮ ਚ ਜਿਹੜਾ ਹੈ ਇਹ ਛੋਟਾ ਜਿਹਾ ਇੱਕ ਬਣਿਆ ਉਹਨਾਂ ਦਾ ਸਹਾਰਾ ਔਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਤਸਵੀਰ ਦਿਖਾਵਾਂਗਾ ਦੇਖੋ ਇਹ ਦੇਖੋ ਮੱਛਲੀ ਕਿਵੇਂ ਮੱਛਲੀ ਤੁਸੀਂ ਦੇਖ ਰਹੇ ਹੋਣੇ ਐਦਾਂ ਦੀ ਕਈ ਹਾਲਾਤ ਨੇ ਜਿਹੜੇ ਪਸ਼ੂ ਪੰਛੀ ਇੱਥੇ ਦਮ ਤੋੜ ਚੁੱਕੇ ਨੇ ਗਰਮੀ ਦੀ ਵਜ੍ਹਾ ਨਾਲ ਪਾਣੀ ਦੀ ਕਮੀ ਨਾਲ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਹੋਰ ਨੇੜੇ ਜਾ ਕੇ ਦਿਖਾ ਦਿਨਾ ਇਹ ਤੁਸੀਂ ਦੇਖ ਰਹੇ ਹੋ ਮੱਛਲੀ ਕਿਵੇਂ ਤੜਪ ਕੇ ਮਰੀ ਹੋਣੀ ਪਾਣੀ ਦੀ ਗਹਿਰਾਈ ਨਹੀਂ ਹੈ ਪਾਣੀ ਉਹਨਾ ਨਹੀਂ ਹੈ ਔਰ ਕਿਨਾਰੇ ਤੇ ਆ ਕੇ ਇਹ ਮੱਛਲੀ ਨੇ ਦਮ ਤੋੜ ਦਿੱਤਾ ਐਦਾਂ ਹੀ ਸਾਨੂੰ ਇੱਥੇ ਕਈ ਹੱਡੀਆਂ ਵੀ ਨਜ਼ਰ ਆਈਆਂ ਨੇ ਜਾਨਵਰਾਂ ਦੀ ਜਿਹੜੇ ਇੱਥੇ ਸੁੱਕੇ ਦੀ ਵਜ੍ਹਾ ਨਾਲ দম توڑ چکے ਨੇ ਕਿਉਂਕਿ ਪੂਰਾ ਜਿਹੜਾ ਏਰੀਆ ਹੈ ਉਹ ਇੱਥੇ ਤੁਹਾਨੂੰ ਤਸਵੀਰਾਂ ਰਾਹੀਂ ਦੇਖੋ ਕਿ ਸੁੱਖਾ ਹੀ ਸੁੱਖਾ ਨਜ਼ਰ ਆ ਰਿਹਾ ਹੈ ਗਰਮੀ ਇੰਨੀ ਹੈ ਜ਼ਮੀਨ ਵੀ ਫਟ ਗਈ ਹੈ ਤੇ ਤਪਤ ਗਰਮੀ ਦੀ ਤਪਤ ਜਿਹੜੀ ਹੈ ਉਹ ਅਹਿਸਾਸ ਦਿਵਾਰੀ ਹੈ ਤਾਂ ਇਹ ਜਿਹੜਾ ਜਲਸ਼ਾ ਤੁਹਾਨੂੰ ਨਜ਼ਰ ਇੱਥੇ ਆਇਆ ਪਰਛ ਕਿਵੇਂ ਗਰਮੀ ਜਦੋਂ ਆਪਣਾ ਕਹਿਰ ਬਰਬਾਦੀ ਹੈ ਤਾਂ ਇਹੋ ਜੀ ਤਸਵੀਰਾਂ ਨਜ਼ਰ ਆਉਂਦੀਆਂ ਨੇ ਇਹ ਡੈਮ ਹੈ ਜਦੋਂ ਪਾਣੀ ਆਂਦਾ ਹੈ ਇਸ ਪਹਾੜਾਂ ਤੋਂ ਤਾਂ ਇਹ ਡੈਮ ਵਿੱਚ ਰਹਿੰਦਾ ਹੈ ਲੇਕਿਨ ਹੁਣ ਗਰਮੀ ਇੰਨੀ ਜ਼ਿਆਦਾ ਹੈ ਇੰਨਾ ਜ਼ਿਆਦਾ ਤਪਤ ਹੈ ਕਿ ਮਿੱਟੀ ਬਣ ਚੁੱਕੀ ਆ ਪਸ਼ੂ ਪੰਛੀ ਵੀ ਦਮ ਤੋੜਦੇ ਇਹ ਇੱਕ ਕੁਛ ਇੱਥੇ ਅਵਸ਼ੇਸ਼ ਨੇ ਹੱਡੀਆਂ ਨੇ ਜਾਨਵਰਾਂ ਦੀ ਜਿਹੜੀ ਇੱਥੇ ਪਈਆਂ ਨੇ ਹੁਣ ਇਹ ਪਤਾ ਹੈ ਕਿ ਪਾਣੀ ਦੀ ਵਜ੍ਹਾ ਨਾਲ ਦਮ ਤੋੜੇ ਜਾਂ ਕਿਵੇਂ ਇਹ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਗਰਮੀ ਦਾ ਕਹਿਰ ਸਾਫ਼ ਨਜ਼ਰ ਆ ਰਿਹਾ ਹੈ ਇਨਸਾਨੀ ਸਰੀਰ ਦੇ ਇਲਾਵਾ ਜੀਵ ਜੰਤੂਆਂ ਤੇ ਪਸ਼ੂਆਂ ਤੇ ਜਾਨਵਰਾਂ ਤੇ ਔਰ ਐਦਾਂ ਦੇ ਹਾਲਾਤ ਬਣੇ ਹੋਏ ਨੇ ਕਿ ਜੇ ਅਗਰ ਛੇਤੀ بارش ਨਾ ਹੋਈ ਤਾਂ ਸ਼ਾਇਦ ਇਹ ਜਿਹੜੀ ਪ੍ਰਕਿਰਤੀ ਦਾ ਹਿੱਸਾ ਨੇ ਜੀਵ ਜੰਤੂ ਪਸ਼ੂ ਪਕਸ਼ੀ ਨੇ ਇਹ ਵੀ ਕਿਥੇ ਨਾ ਕਿਥੇ ਆਪਣੀ ਜਿਹੜਾ ਹੋਣ ਦਾ ਅਹਿਸਾਸ ਹੈ ਉਹ ਖੋ ਰਹੇ ਨੇ ਤਾਂ ਪਰਛ ਤੋਂ ਇਹ ਤਸਵੀਰਾਂ ਨਿਊ ਸਿਡਨ ਦੇ ਕੈਮਰੇ ਚ ਕੈਦ ਹੋਈਆਂ ਨੇ ਔਰ ਇਹੀ ਉਮੀਦ ਹੈ ਕਿ ਜਲਦੋ ਜਲ بارش ਹੋਵੇ ਤਾਂ ਕਿ ਪ੍ਰਕਿਰਤੀ ਦੇ ਇਹ ਜਿਹੜੇ ਸਾਥੀ ਨੇ ਅਹਿਸਾਸ ਦوان ਵਾਲੇ ਨੇ ਪਸ਼ੂ ਪੰਛੀ ਨੇ ਉਹ ਵੀ ਕਿਤੇ ਨਾ ਕਿਤੇ ਆਪਣਾ ਬਚਾਅ ਕਰ ਸਕਣ